ਇੱਥੇ ਸੰਧੂ ਕਲੋਨੀ ਵਿਖੇ ਨਗਰ ਪੰਚਾਇਤ ਦੀ ਜਗ੍ਹਾ ਸੀਗੀ, ਉਹਦੇ ਕਬਜ਼ੇ ਦੇ ਸੰਬੰਧੀ ਮਾਲ ਮਹਿਕਮਾ ਅਤੇ ਈ ਓ ਸਾਹਿਬ ਆਏ ਸੀਗੇ। ਉਹਨਾਂ ਨੂੰ ਜਿਹੜੀ ਬਣਦੀ ਪੁਲਿਸ ਮਦਾਦੀ ਦਿੱਤੀ ਗਈ, ਉਹਨਾਂ ਨੇ ਇੱਥੇ ਸ਼ਾਂਤੀਪੂਰਵਕ ਆਪਣਾ ਇੱਥੇ ਕਬਜ਼ਾ ਲੈ ਲਿਆ, ਜਿਹਦੀ ਰਿਪੋਰਟ ਦੇਣਗੇ। ਹੁਣ ਮਾਹੌਲ ਠੀਕ ਠਾਕ ਆ, ਠੀਕ ਹੈ ਨਾ? ਇੱਦਾਂ ਹੈ ਜੀ, ਜਿਹੜੀ ਆਪਣੀ ਨਗਰ ਪੰਚਾਇਤ ਨੇ ਅੱਜ ਕਬਜ਼ਾ ਲਿਆ ਹੈ, ਅਤੇ ਕਲੋਨੀ ਕੱਟੀ ਸੀ ਸੰਧੂ ਕਲੋਨੀ, ਜਿਹੜੀ ਇਹਨਾਂ ਦੇ ਮਾਲਕ ਸੀਗੇ, ਉਹਨਾਂ ਨੇ ਸੰਧੂ ਕਲੋਨੀ ਦੇ ਸੜਕਾਂ ਦੇ ਨੰਬਰਾਂ ਦੀ ਸੇਲ ਕਰਕੇ ਕਬਜ਼ਾ ਇਹਨਾਂ ਦਾ ਸ਼ਾਮ ਲਾਟ 'ਤੇ ਕਰਾਤਾ ਸੀ। ਇਹ ਗਰੀਬਾਂ ਨਾਲ ਹੋਇਆ ਜੀ, ਤਾਂ ਜਿਹੜੇ ਕਲੋਨੀ ਮਾਲਕ ਨੇ ਅੱਜ ਵੀ ਬਾਹਰ ਫਿਰ ਰਹੇ ਨੇ ਅਤੇ ਸ਼ਰੇਆਮ ਘੁੰਮ ਰਹੇ ਨੇ ਇੱਥੇ ਕਲੋਨੀ ਦੇ ਵਿੱਚ, ਪਰ ਪ੍ਰਸ਼ਾਸਨ ਉਹਨਾਂ ਨੂੰ ਫੜ ਨਹੀਂ ਰਿਹਾ। ਇਹ ਗਰੀਬਾਂ ਨਾਲ ਧੱਕਾ ਹੋਇਆ, ਅੱਜ ਇਹਨਾਂ ਨੇ ਨਗਰ ਪੰਚਾਇਤ ਨੇ ਇਹਨਾਂ ਦਾ ਕਬਜ਼ਾ ਲੈ ਲਿਆ। ਕਿੰਨਾ ਰਕਮਾ ਆਈਟਮ ਜੀ ਇਹ ਜਿਹੜਾ ਹੈਗਾ ਸਾਰਾ ਜੀ? ਇਹਦਾ ਰਕਬਾ ਟੋਟਲ ਹੈ ਜੀ 12.5 ਕਿੱਲੇ ਦੇ ਤਕਰੀਬਨ ਕਲੋਨੀ ਕੱਟੀ ਆ ਜੀ ਇਹਨਾਂ ਨੇ। ਉਹਦੇ ਵਿੱਚੋਂ 13 ਵਿਘੇ ਰਸਤੇ ਛੱਡੇ ਸੀਗੇ ਇਹਨਾਂ ਨੇ, ਉਹਦੇ ਵਿੱਚੋਂ ਹੁਣ ਮਾਲ ਰਿਕਾਰਡ ਮੁਤਾਬਕ ਇਹਨਾਂ ਕੋਲ 10 ਵਿਘੇ ਮਾਲਕੀ ਬਚਦੀ ਆ ਜੀ। ਇਹਨਾਂ ਦੀ 3 ਵਿਘੇ ਦੀ ਕਰੀਬ ਮਾਲਕੀ ਸੜਕਾਂ ਦੀ, ਕਲੋਨੀ ਮਾਲਕਾਂ ਦੀ ਘੱਟਦੀ ਆ। ਇਹਨਾਂ ਦੀ ਕਲੋਨੀ ਪਾਸ ਕਰਾਉਣੀ ਦਿੱਤੀ ਉਹ 13 ਵਿਘੇ ਸੜਕਾਂ ਵੀ ਦਿਖਾਈਆਂ ਨੇ, ਮੌਕੇ 'ਤੇ ਮੌਜੂਦ ਵੀ ਨੇ, ਪਰ ਮਾਲਕੀ ਹੁਣ ਇਹਨਾਂ ਕੋਲ 10 ਵਿਘਿਆਂ ਦੀ ਆ। ਅਤੇ ਜਿਹੜਾ ਰਕਬਾ ਹੁਣ ਨਗਰ ਪੰਚਾਇਤ ਨੇ ਕਬਜ਼ਾ ਲਿਆ, ਉਹ ਸਿਰਫ 1 ਵਿਘਾ 6 ਬਿਸਵੇ ਦਾ ਲਿਆ। ਹਾਲੇ 1 ਵਿਘਾ 14 ਬਿਸਵੇ ਹਜੇ ਹੋਰ ਮਾਲਕੀ ਘੱਟਦੀ ਇਹਨਾਂ ਦੀ, ਉਹ ਹਜੇ ਪਤਾ ਨਹੀਂ ਕਿੱਥੇ ਇਹਨਾਂ ਨੇ ਕਲੋਨੀ 'ਚ ਰਲਾਈ ਹੋਈ ਆ। ਠੀਕ ਹੈ, ਥੈਂਕ ਯੂ।